ਉਹਨਾਂ ਦੇ ਨਾਲ ਹੈ ਸੱਜਣਾ ਨੂੰ ਮਿਲਦੇ ਹੋਏ ਸਵਾਗਤੀ ਕਮੇਟੀ ਵੱਲੋਂ
जसपाल सिंह चीगा जी सुनी बुलिए और गुरु प्रताप सिंह जी ने ऊपर ले आओ बहुत बहुत शुक्रिया और कौन प्रौणा आया नहीं फुल किड़िए ने सूए चंद्र छन की धरती दे अंबरा दे डूबे और मित्र आंदे ने और बहुत बहुत शुक्रिया माइक ओवर टू ग्राउंड मेहरबानी साडे सरकार ने बुढ़ाला साहब पहुंचे ने और दर्शन बड़ी जी स्वागत करते हुए जी आ रहे हुए आओ जुड़िए कबड्डी ना कबड्डी मैदान में का जोगी पाना है जला शारपुरिया जीते वगे वीर तक दे हुए और तुद्दा तक दा हुए बल्ले बल्ले ते आप के टैग करो शारपुरिया दुनिया ना महान जाफी पर जफा नहीं बस सके चले मल्ला पा कबड्डी किले फेवर के पट्टा उते हर की मार थापी एक पासे ने लेटर जारो दूसरे पासे जाफी साडे मान साहब छमीपुर दा शीरा तक दे हुए और छड़े चिट्ठा साहब तक दे हुए ते कबड्डी अज लख लख दे ग्राउंड विच पाई जा रही है भाई सारी संगत चरणा विच बेनती है जे तुहानू मैच वेखण दा आनंद आ रहा है ते सारे वीर जोरदार ताड़ी मार दो गुरु प्रताप सिंह जी बराल साहब एमएलए नकोदर ते मैं बेनती करांगा सरदार परमेर सिंह जट्टा साहब नो जो के सत्र ने वो स्टेज पे हुण मेरी बेनती है सरदार परमेर सिंह जी नु ਲੋਜੀ ਇਹ ਦੇਖਾਂਗੇ ਜੱਸਾ ਗੌਂਡਪੁਰੀਆ ਜ਼ਿਲ੍ਹਾ ਹੁਸ਼ਿਆਰਪੁਰੀ ਆਪਣੀ ਟੀਮ ਅਤੇ ਨੰਬਰ ਜੋੜ ਦਾ ਫਿਰ ਆ ਗੰਜਾ ਮੱਜਾ ਕੌਣ ਭਾਬੀ ਦੀਵਾ ਜਗਾ ਮੇਰੀ ਮੰਜੀ ਥੱਲੇ ਕੌਣ ਭਾਬੀ ਦੀਵਾ ਜਗਾ ਆ ਕਹਿੰਦੇ ਦੇਖਾਂਗੇ ਇਸ ਵੇਲੇ ਮੋਹਰਾ ਚੂਸੇ ਅਮਰੀਕਾ ਵੱਲੋਂ ਕਬੱਡੀ ਖੇਡਦਾ ਹੁਸ਼ਿਆਰਪੁਰੀਆ ਕਬੱਡੀ ਪਾਉਂਦਾ ਹੋਇਆ ਔਰ ਦੂਸਰੇ ਪਾਸੇ ਕਾਕਾ ਬੱਲੇ ਬੱਲੇ ਹੁੰਦੀ ਹੋਈ ਥੱਲੇ ਦੂਬੇ ਆ ਵੇਖਾਂਗੇ ਕਿ ਇਨੇ ਨਾਲ ਲਾਇਆ ਕਿ ਤਸੱਲੀ ਹੋ ਗਈ ਇਸ਼ਕ ਦੀ ਮਾਰੀ ਗਈ ਮੈਂ ਚੱਲੀ ਹੋ ਗਈ ਆ ਖਿਡਾਰੀਆਂ ਦੇ ਵੀ ਤੀਜੇ ਪੜਲ ਵੱਡ ਕਬੱਡੀ ਕਰ ਦੇ ਵਿੱਚ ਕਬੱਡੀ ਖੇਡਿਆ ਸੁਲਤਾਨ ਦੀ ਕਬੱਡੀ ਜਸਵੰਤ ਸਿੰਘ ਜੀ ਖੜ ਗਏ ਕੱਲੇ ਕੱਲੇ ਨੰਬਰ ਦਾ ਲੇਖਾ ਜੋਖਾ ਕਰਦੇ ਹੋਏ ਔਰ ਪਿੰਡਾਂ ਬਠਿੰਡਾ ਜੀ ਹਲੋ ਸਾਡੇ ਕੋਲ ਸਾਡੇ ਮਾਂ ਦੇ ਵੱਲ ਗੁਰਪ੍ਰਤਾਪ ਸਿੰਘ ਬਟਾਲਾ ਸਾਹਿਬ ਜੀ ਆ ਗਏ ਔਰ ਉਹਨਾਂ ਦੇ ਤੇ ਉਹਨਾਂ ਦੇ ਸਾਥੀਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਆਇਆਂ ਨੂੰ ਆਖਦੇ ਹਾਂ ਉਹਨਾਂ ਦਾ ਹੁਣ ਸਾਡੇ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨ ਕੀਤਾ ਜਾਵੇਗਾ ਅਸੀਂ ਕਮੇਟੀ ਦੇ ਮੈਂਬਰਾਂ ਦੇ ਬੇਨਤੀ ਕਰਦੇ ਹਾਂ ਕਿ ਉਹ ਆ ਕੇ ਸਨਮਾਨ ਦੇ ਸਾਡੇ ਸਰਕਾਰਕ ਸਰ ਗੁਰੂ ਪ੍ਰਤਾਪ ਸਿੰਘ ਜੀ ਬਟਾਲਾ ਐਮਐਲਏ ਹਲਕਾ ਨਕੋਦਰ ਬਹੁਤ ਵੱਡਾ ਮਾਲਕ ਬੋਲਦੇ ਸਵਾਗਤ ਹੈ ਇੱਧਰ ਕਬੱਡੀ ਦੇਖਾਂਗੇ ਮੈਦਾਨ ਦੇ ਵਿਚਕਾਰ ਪਹੁੰਚੀ ਹੋਈ ਤੇ ਭਾਜੀ ਖੀਰਾ ਵਾਲੀ ਵੀ ਤੱਕਦਾ ਹੋਇਆ ਕਿ ਪੁਆਇੰਟ ਐਸ ਨੂੰ ਹੁਸ਼ਿਆਰਪੁਰ ਦਾ ਔਰ ਮੈਦਾਨ ਦੇ ਵਿੱਚ ਮੈਚ ਵਿੱਚ ਸਾਈਕਲ ਵਾਟਰਬ੍ਰੇਕ ਜਿਹੜੀ ਹੋਈ ਹੈ ਬੈਕ ਆਫ ਟੂ ਸੀ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਗੁਰਪੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਬਹੁਤ ਹੀ ਸ਼ਾਨਦਾਰ ਕਬੱਡੀ ਟੂਰਨਾਮੈਂਟ ਉੱਪਰ ਆਈ ਹੋਈ ਗੁਰੂ ਕੀ ਨਗਰੀ ਅਨੰਦਪੁਰ ਸਾਹਿਬ ਵਿਖੇ ਸਾਰੀ ਸਾਧ ਸੰਗਤ ਜੀਓ ਐਨਆਰਆਈ ਵੀਰੋ ਤੇ ਖਿਡਾਰੀ ਭਰਾਓ ਪਹਿਲਾਂ ਤਾਂ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਹੀ ਵਧੀਆ ਉਪਰਾਲੇ ਤੇ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਦੇ ਸਾਰੇ ਮੈਂਬਰਾਂ ਨੂੰ ਸਾਰੇ ਸਹਿਯੋਗੀ ਸਾਥੀਆਂ ਨੂੰ ਐਨਆਰਆਈ ਵੀਰਾਂ ਨੂੰ ਜਿਹੜੇ ਇੰਗਲੈਂਡ ਤੋਂ ਅਮਰੀਕਾ ਤੋਂ ਕੈਨੇਡਾ ਤੋਂ ਵਿਦੇਸ਼ਾਂ ਤੋਂ ਆ ਕੇ ਇੱਥੇ ਲੱਖਾਂ ਰੁਪਈਆ ਖਰਚਦੇ ਨੇ ਖੇਡਾਂ ਨੂੰ ਪ੍ਰਮੋਟ ਕਰਨ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਵਿੱਚ ਅੱਜ ਇੱਥੇ ਕਬੱਡੀ ਦੇ ਟੂਰਨਾਮੈਂਟ ਕੁਸ਼ਤੀਆਂ ਦੇ ਮੁਕਾਬਲੇ ਧਰਤੀ ਦੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੋਲੇ ਮਹੱਲੇ ਦੀਆਂ ਰੌਣਕਾਂ ਵਿੱਚ ਇਹ ਖੇਡਾਂ ਦਾ ਜਿਹੜਾ ਮੇਲਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੇ ਹੀ ਰਲ ਕੇ ਕਰਾਉਂਦੇ ਨੇ ਖੇਡਾਂ ਨੂੰ ਪ੍ਰਮੋਟ ਕਰਨ ਵਿੱਚ ਪੰਜਾਬ ਸਰਕਾਰ ਦਾ ਵੀ ਬਹੁਤ ਵੱਡਾ ਰੋਲ ਹੈ ਅਤੇ ਇਹਨਾਂ ਐਨਆਰਆਈ ਦਾ ਬਹੁਤ ਵੱਡਾ ਯੋਗਦਾਨ ਹੈ ਮੈਂ ਆਪਣੇ ਵੱਲੋਂ ਇੱਕ ਵਾਰ ਫਿਰ ਸਾਰੇ ਹੀ ਵਿਦੇਸ਼ਾਂ ਤੋਂ ਆਏ ਐਨਆਰਆਈਜ਼ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਦਾਦੀ ਸੱਜਣਾਂ ਨੂੰ ਕਬੱਡੀ ਦੇ ਇਸ ਮਹਾਂਕੁੰਭ ਉੱਪਰ ਜਿਹੜੀ ਪੰਜਾਬ ਦੀ ਮਹਾਂਖੇਡ ਹੈ ਇਹ
ਮੇਰਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਭਿਆਸ ਕਰਦਾ ਕਿ ਇਸ ਟੂਰਨਾਮੈਂਟ ਤੇ ਆਪਾਂ ਸਾਰੇ ਆ ਕੇ ਬਹੁਤ ਵੱਡਾ ਇੱਕ ਯੋਗਦਾਨ ਨਾਲ ਪਾਉਂਦੇ ਹੋਏ ਸਿੱਖਾਂ ਦੇ ਲਈ ਲਾਵਾਂਗੇ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਈਏ ਅਤੇ ਪੰਜਾਬ ਦੀ ਜਿਹੜੀ ਨੌਜਵਾਨੀ ਹੈ ਉਹਨੂੰ ਸੰਭਾਲੀਏ ਸਹੀ ਦਿਸ਼ਾ ਵੱਲ ਲੈ ਕੇ ਜਾਈਏ ਸਹੀ ਦਿਸ਼ਾ ਖੇਡਾਂ ਨੇ ਕਿ ਕਬੱਡੀ ਹੈ ਜਾਂ ਕੁਸ਼ਤੀਆਂ ਨੇ ਕੋਈ ਨਾ ਕੋਈ ਖੇਡ ਪੰਜਾਬ ਦੇ ਨੌਜਵਾਨ ਨੂੰ ਖੇਡਣੀ ਚਾਹੀਦੀ ਹੈ ਤਾਂ ਕਿ ਜਿਹੜਾ ਆਪਣੀ ਸਰਕਾਰ ਦਾ ਸੁਪਨਾ ਹੈ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਾ ਉਹ ਸੁਪਨਾ ਸਾਕਾਰ ਹੋ ਸਕੇ ਇਸ ਲਿਹਾਜ਼ ਨਾਲ ਇਹ ਟੂਰਨਾਮੈਂਟ ਬਹੁਤ ਵੱਡਾ ਜਿਹੜਾ ਯੋਗਦਾਨ ਪਾਉਣਾ ਹੈ ਤੇ ਸਾਰੇ ਆਪਣੇ ਸਾਥੀਆਂ ਨੂੰ ਸਾਰੇ ਭਰਾਵਾਂ ਨੂੰ ਜਿਹੜੇ ਬਹੁਤ ਵੱਡੀ ਇਹਨਾਂ ਦੀ ਸੇਵਾ ਹੈ ਮਹਾਨ ਸੇਵਾ ਹੈ ਇਹਦੇ ਵਿੱਚ ਖੇਡਾਂ ਵਿੱਚ ਇਹਨਾਂ ਨੂੰ ਇੱਕ ਵਾਰ ਫਿਰ ਸਰਕਾਰ ਵੱਲੋਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬੁਢਾਰਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿੱਥੇ ਉਹਨਾਂ ਨੇ ਆਪਣੇ ਰੁਝੇਵਿਆਂ ਭਰੇ ਸਮੇਂ ਚੋਂ ਕੁਝ ਸਮਾਂ ਖਿਡਾਰੀਆਂ ਦੇ ਲਈ ਕੱਢਿਆ ਸਟੇਡੀਅਮ ਦੇ ਵਿੱਚ ਵਧਾਰੇ ਹੈ ਅਨੰਦਪੁਰ ਸਾਹਿਬ ਸਪੋਰਟਸ ਕਲੱਬ ਯੂਕੇ ਦੀ ਜਿੱਥੇ ਉਹਨਾਂ ਨੇ ਤਾਰੀਫ ਕੀਤੀ ਹੈ ਉੱਥੇ ਖਿਡਾਰੀਆਂ ਨੂੰ ਵੀ ਨਸ਼ਾ ਰਹਿਤ ਕਬੱਡੀ ਖੇਡਣ ਦਾ ਆਪਣੇ ਵੱਲੋਂ ਆਦੇਸ਼ ਵੀ ਦਿੱਤਾ ਔਰ ਪੰਜਾਬ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ ਸਾਡਾ ਮਾਨ ਸਨਮਾਨ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਵੇਕ ਸਿੰਘ ਜੀ ਦਲਵੇਕ ਸਿੰਘ ਜੀ ਜਿਹੜੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਮਾਨ ਸਨਮਾਨ ਦਿੱਤਾ ਜਾ ਰਿਹਾ ਜੋ ਕਿ ਸਪੋਰਟਸ ਕਮੇਟੀ ਅਨੰਦਪੁਰ ਸਾਹਿਬ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸਰਦਾਰ ਦਲਵੇਕ ਸਿੰਘ ਜੀ ਦੁਬਾਰਾ ਫਿਰ ਬੁਲਾ ਜੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਸਿੰਘ ਸਰਪੰਚ ਉਹਨਾਂ ਨੂੰ ਆਪਣਾ ਜਿਹੜਾ ਮਾਨ ਸਨਮਾਨ ਤੇ ਹਾਂਜੀ ਕਿਉਂਕਿ ਇਸ ਸਾਲ ਨਹੀਂ ਹਰੇਕ ਹੀ ਛੇ ਗਿਆਰਵਾਂ ਜਿਹੜਾ ਇਹ ਹੋਲਾ ਮਹੱਲਾ ਕਬੱਡੀ ਕੱਪ ਆ ਬਹੁਤ ਬਹੁਤ ਧੰਨਵਾਦ ਸਾਡੇ ਸਰਪੰਚ ਸਾਹਿਬ ਜਿਹਨਾਂ ਦਾ ਮਾਈਕ ਓਵਰ ਟੂ ਕਬੱਡੀ ਗਰਾਊਂਡ ਮਿਹਰਬਾਨੀ ਬਖੇੜਾ ਸਾਹਿਬ ਮੈਂ ਬੇਨਤੀ ਕਰਾਂ ਗਰਾਊਂਡ ਵਿੱਚ ਚਾਰ ਮੈਚ ਖਤਮ ਹੋਣ ਵਾਲਾ ਔਰ ਪਹਿਲਵਾਨਾਂ ਨੂੰ ਬੇਨਤੀ ਹੈ ਕਿ ਸੈਮੀ ਫਾਈਨਲ ਕੁਸ਼ਤੀਆਂ ਵਾਸਤੇ ਚਾਰੇ ਪਹਿਲਵਾਨ ਅਖਾੜੇ ਵਿੱਚ ਪਹੁੰਚ ਜਾਣ ਮਿਹਰਬਾਨੀ ਹੋਵੇਗੀ ਰੂਪਜੀਤ ਆਲਮਗੀਰ ਗੁਰਸੇਵ ਖਾਨਾ ਸੋਨੀ ਸੋੜ ਇਹ ਚਾਰੇ ਮੱਲਾਂ ਨੂੰ ਬੇਨਤੀ ਹੈ ਗੌਰਵ ਪਹਿਲਵਾਨ ਇਹ ਮੱਲਾਂ ਨੂੰ ਬੇਨਤੀ ਹੈ ਅਖਾੜੇ ਵਿੱਚ ਪਹੁੰਚ ਜਾਣ ਔਰ ਗਰਾਊਂਡ ਦੇ ਵਿੱਚ ਬਹੁਤ ਵਧੀਆ ਮੁਕਾਬਲਾ ਇਸ ਵੇਲੇ ਕਰਵਾਇਆ ਜਾ ਰਿਹਾ ਬਲਕਾਰ ਸਿੰਘ ਹਰਲਾਨਪੁਰ ਤੱਕ ਦੇ ਹੋਏ ਇਹ ਕਬੱਡੀ ਹੁਸ਼ਿਆਰਪੁਰ ਦੇ ਵੱਲੋਂ ਪੈਂਦੀ ਹੋਈ ਦੁਨੀਆਂ ਦੇ ਟੌਪ ਦੇ ਦੁਨੀਆਂ ਦੇ ਸੁਪਰ ਖਿਡਾਰੀ ਅੱਜ ਅਨੰਦਪੁਰ ਦੀ ਪਾਵਰ ਪੁੱਤਰ ਧਰਤੀ ਤੇ ਪਹੁੰਚੇ ਹੋਏ ਨੇ ਇਹ ਕਲਗੀ ਦਰਦ ਸ਼ਮੇਰ ਪਿਤਾ ਦਿਆ ਦੁਨੀਆਂ ਤੇ ਕੋਈ ਹੋਇਆ ਨਾ ਚਾਰ ਪੁੱਤੋਂ ਨੇ ਕੌਮ ਦੁਆਰੇ ਇੱਕ ਵੀ ਲਾਲ ਲਕੋਇਆ ਨਾ ਇਹ ਕਲਗੀ ਦਰਦ ਸ਼ਮੇਰ ਪਿਤਾ ਦਿਆ ਦੁਨੀਆਂ ਤੇ ਕੋਈ ਹੋਇਆ ਨਾ ਕਲਗੀ ਦਰਦ ਵਾਸਾ ਨਾ ਕੋਈ ਦੁਨੀਆਂ ਤੇ ਹੋਇਆ ਨਾ ਕੋਈ ਹੋ ਸਕਦਾ ਵਿੱਕੀ ਘਰਾਰ ਜਿਹੜੇ ਕਹਿੰਦੇ ਪਟਿਆਲੇ ਵੱਲੋਂ ਕਬੱਡੀ ਪਾਉਂਦਾ ਹੋਇਆ ਲਗਭਗ 30 ਸੈਕਰ ਦੀ ਕਬੱਡੀ ਟਾਈਗਰ ਵਰਗੇ ਅੱਜ ਸਭ ਗੋਲਪੁਰ ਦਾ ਕਮਾਲ ਕਰਦਾ ਹੋਇਆ ਇਸ ਵੇਲੇ ਮੱਲੇ ਮੱਲੇ ਹੁੰਦੀ ਹੋਈ ਕਿ ਗੁੱਟ ਨੂੰ ਫੜ ਕੇ ਪਕੜ ਬਣਾ ਲੈ ਲੱਤਾਂ ਦੀ ਹੁਣ ਤੂੰ ਡੱਡ ਬੜਕਾ ਲਾ ਲੈ ਕੌਡੀ ਹੋਊਗੀ ਲੱਖਾਂ ਦੀ ਕੌਡੀ ਹੋਊਗੀ ਲੱਖਾਂ ਦੀ ਚਾਹੇ ਫੌਜੀ ਪਾ ਕਬੱਡੀ ਕਿ ਟੁੱਟੀ ਮੰਜੀ ਬਾਰ ਪੁਰਾਣਾ ਬੇਦੀ ਬਿਸਤਰ ਤਾਰੇ ਮੈਂ ਰਹਿਣਾ ਫੌਜੀ ਦੇ ਚਾਹੇ ਬੂਟ ਸਨੇ ਲਤਮਾਰੇ ਮੈਂ ਰਹਿਣਾ ਫੌਜੀ ਦੇ ਇਸ ਵੇਲੇ ਕਰਮਦੀਪ ਸਿੰਘ ਫੌਜੀ ਹੁਸ਼ਿਆਰਪੁਰ ਆ ਆਓ ਸਾਹਮਣੇ ਦੇਖਾ ਕੇ ਪੁਆਇੰਟ ਇਸ ਵੇਲੇ ਫੌਜੀ ਦਾ ਡਬਲ ਟੱਚ ਇਸ਼ਾਰਾ ਟੈਕਨੀਕਲ ਪੁਆਇੰਟ ਹੁਸ਼ਿਆਰਪੁਰ ਗਏ ਕਰਮਦੀਪ ਫੌਜੀ ਵਾਸਤੇ ਜੁੜਦਾ ਹੋਇਆ ਫੌਜੀ ਆਪਾਂ ਬਹਿਸ ਨਹੀਂ ਕਰਾਂਗੇ ਕਿਉਂਕਿ ਚੰਗੇ ਖਿਡਾਰੀ ਦੇ ਗੋਲ ਹੁੰਦੇ ਹੈ ਚੰਗਾ ਖਿਡਾਰੀ ਬਹਿਸ ਨਹੀਂ ਕਰਦਾ ਔਰ ਦੁਨੀਆਂ ਭਰ ਦੇ ਕੋਨੇ ਕੋਨੇ ਚ ਅੱਜ ਕਬੱਡੀ 305 ਦੀ ਬਦੌਲਤ ਸਾਰੀ ਦੁਨੀਆ ਹੋਲੇ ਮਹਾਲੇ ਅਨੰਦਪੁਰ ਦਾ ਇਹ ਕਬੱਡੀ ਕੱਪ ਤੱਕ ਦੀ ਹੋਈ ਸਾਹਮਣੇ ਕਬੱਡੀ ਮੈਦਾਨ ਦੇ ਵਿੱਚ ਪੈਂਦੀ ਹੋਈ ਤੇ ਲੋਹੇ ਵਰਗੇ ਪੱਟਾ ਉੱਤੇ ਹਲਕੀ ਮਾਰਨ ਥਾਪੀ ਇੱਕ ਪਾਸੇ ਦੇ ਲੀਡਰ ਯਾਰ ਦੂਸਰੇ ਪਾਸੇ ਜਾਫੀ ਚਾਰੇ ਜਾਫੀ ਟੈਂਕਰ ਵਰਗੇ ਲੋਕਰ ਵਰਗੇ ਤੇ ਆਹ ਵੇਖਾਂਗੇ ਦਾ ਪੁਆਇੰਟ ਹੈ ਇਸ ਵੇਲੇ ਪਟਿਆਲੇ ਦੀ ਟੀਮਾਂ ਦੇ ਜੁੜਦਾ ਹੋਇਆ ਚਾਹੇ ਮੱਲਾ ਪਾਕ ਕਬੱਡੀ ਸਾਡੇ ਦਵਿੰਦਰ ਸਿੰਘ ਜੀ ਪਿੰਡਾਂ
ਸ਼੍ਰੋਮਣੀ ਕਮੇਟੀ ਦੀ ਟੀਮ ਸੀ ਔਰ ਨਿੱਤਰ ਕੇ ਦੂਜੇ ਰਾਉਂਡ 'ਚ ਇਹ 8 ਟੀਮਾਂ ਦੇ 4 ਮੈਚ ਤੁਹਾਡੇ ਸਾਹਮਣੇ ਆ ਚੌਥਾ ਮੈਚ ਚੱਲਦਾ ਹੈ ਫਿਰ ਵਿੱਚ ਵਿਚਾਲੇ ਉਧਰ ਰੈਸਲਿੰਗ ਸ਼ੁਰੂ ਕਰਾਂਗੇ ਸੈਮੀ ਫਾਈਨਲ ਤੇ ਫਾਈਨਲ ਔਰ ਇਧਰ ਸੈਮੀ ਫਾਈਨਲ ਹੋਵੇਗਾ ਕਬੱਡੀ ਦਾ ਤੇ ਅੱਜ ਦੇ 3 ਮੈਚ ਇਸ ਤੋਂ ਬਾਅਦ ਬਾਕੀ ਕਬੱਡੀ ਦੇ ਹੋਣਗੇ ਤੇ ਬਾਕੀ ਉਧਰ ਰੈਸਲਿੰਗ ਦੀ ਦੁਨੀਆ ਦੇ ਵਿੱਚ ਚੋਟੀ ਦੇ ਪਹਿਲਵਾਨ ਆਏ ਹੋਏ ਨੇ ਮੈਂ ਇਹਨਾਂ ਨੂੰ ਕਹਿੰਦਾ ਹੋਇਆ ਮਾਈਕ ਹੈ ਜਿਹੜਾ ਫਿਰ ਗਰਾਊਂਡ ਵੱਲ ਨੂੰ ਭੇਜਦਾ ਮਿਹਰਬਾਨੀ ਬਣੀ ਸਾਹਿਬ ਔਰ ਅੱਜ ਕਹਿੰਦੇ ਵੀ ਆ ਮੈਚ ਦੀ ਆਖਰੀ ਕਬੱਡੀ ਇਸ ਵੇਲੇ ਚਰਮਦੀਨ ਫੌਜੀ ਪਾਉਂਦਾ ਹੈ ਬੱਲੇ ਬੱਲੇ ਕਬੱਡੀ 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 ਆਓ ਸਾਹਮਣੇ ਆਖਰੀ ਪੁਆਇੰਟ ਹੁਸ਼ਿਆਰਪੁਰੀਏ ਕੀਤੇ ਹੋਣੀ ਭੰਗੜਾ ਪਾਉਂਦੇ ਹੋਏ ਕਿ ਦੁਨੀਆ ਜਾਣ ਗਈ ਹੋਵੇਗੀ ਕਿ ਟੀਮ ਕਿਹਦੀ ਜਿੱਤ ਰਹੀ ਹੈ ਖਰ ਸਾਹਿਬ ਆਪਾਂ ਹੁਣ ਨੰਬਰ ਅਨਾਊਂਸ ਕਰਾਂਗੇ ਅੱਜ ਦੱਸ ਦਿਓ ਅਸੀਂ ਰੈਸਲਿੰਗ ਵੱਲੋਂ ਮਾਈਕ ਦੇਵਾਂਗੇ ਤਾਂ ਜੋ ਗੱਲ ਕਰਨ ਤੇ ਇੱਧਰ ਤੁਸੀਂ ਅੰਤਾਂ ਦਾ ਵੇਰਵਾ ਦੱਸ ਦਿਓ ਮੇਰੇ ਕੋਲ ਮੱਖਣ ਚੜਿੱਕ ਜੀ ਬੀਬੀ ਸਾਹਿਬ ਬੈਠੇ ਨੇ ਉਹ ਦੱਸਣਗੇ ਕਿ ਪਹਿਲਾ ਸੈਮੀ ਫਾਈਨਲ ਕਿਹਦਾ ਹੋਵੇਗਾ ਦੂਸਰਾ ਕਿਹਦਾ ਤਾਂ ਨੋਟ ਕਰੋ ਮੇਰੇ ਕਬੱਡੀ ਪ੍ਰੇਮੀਓ ਪਹਿਲਾ ਸੈਮੀ ਫਾਈਨਲ ਹੋਵੇਗਾ ਰੋਪੜ ਵਰਸਸ ਫਰੀਦਕੋਟ ਦਾ ਹਾਂਜੀ ਮਣੀ ਸਾਹਿਬ ਜੀ ਸਿਰਫ ਇੱਕ ਸੈਕਿੰਡ ਹਾਂਜੀ ਬੇਨਤੀ ਹੈ